ਸਤਿ ਸ਼੍ਰੀ ਅਕਾਲ ਬੱਚਿਓ, ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਔਰ ਬਹੁਤ ਹੀ ਸਿੰਪਲ ਐਕਟੀਵਿਟੀ ਲੈ ਕੇ ਆਏ ਹਾਂ ਅਤੇ ਤੁਸੀਂ ਇਸ ਐਕਟੀਵਿਟੀ ਨੂੰ ਕਰਨ ਤੋਂ ਬਾਅਦ ਮਤਲਬ ਤੁਹਾਡਾ ਜੋ ਪਰਸਪੈਕਟਿਵ ਹੈ ਆਪਣੇ ਆਸ ਪਾਸ ਦੀ ਚੀਜ਼ਾਂ ਨੂੰ ਦੇਖਣ ਲਈ ਉਹ ਬਿਲਕੁਲ ਹੀ ਚੇਂਜ ਹੋ ਜਾਵੇਗਾ। ਇਹ ਜੋ ਐਕਟੀਵਿਟੀ ਹੈ ਇਹ ਸਾਡੀ ਡੇਲੀ ਲਾਈਫ ਨਾਲ ਬਹੁਤ ਹੀ ਰਿਲੇਟਿਡ ਹੈ ਅਤੇ ਇਸ ਐਕਟੀਵਿਟੀ ਲਈ ਜਿਵੇਂ ਅਸੀਂ ਪਹਿਲਾਂ ਵੀ ਕੀਤਾ ਕਿ ਜੋ ਵੀ ਚੀਜ਼ ਅਸੀਂ ਚੀਜ਼ਾਂ ਯੂਜ਼ ਕਰਨੀਆਂ ਉਹ ਕਿਹੜੀਆਂ ਯੂਜ਼ ਕਰਨੀਆਂ ਜੋ ਸਾਡੇ ਕੋਲ ਅਵੇਲੇਬਲ ਹੈ ਜੋ ਸਾਡੇ ਕੋਲ ਸਾਡੇ ਘਰੇ ਪਈਆਂ ਨੇ, ਠੀਕ ਹੈ ਜੀ। ਅਤੇ ਫਿਰ ਹੁਣ ਮੈਮ ਤੁਹਾਨੂੰ ਕੁਛ ਓਬਜੈਕਟਸ ਦਿਖਾਉਣਗੇ ਅਤੇ ਕੁਛ ਤੁਹਾਨੂੰ ਉਹ ਮਤਲਬ ਇਸ਼ਾਰੇ ਨਾਲ ਸਮਝਾਉਣਗੇ ਅਤੇ ਤੁਸੀਂ ਜੋ ਹੈ ਉਹ ਦੇਖਣਾ ਕਿ ਇਹ ਜੋ ਓਬਜੈਕਟਸ ਤੁਸੀਂ ਦੇਖ ਰਹੇ ਹੋ ਇਹ ਸਾਨੂੰ ਕੀ ਰਿਪ੍ਰਜੈਂਟ ਕਰ ਰਹੇ ਹਾਂ। ਬੱਚਿਓ, ਮੈਂ ਜਿਹੜੀ ਵੀ ਚੀਜ਼ ਨੂੰ ਦੇਖ ਰਹੀ ਹਾਂ ਉੱਥੇ ਮੈਂ ਆਪਣੇ ਮੈਥ ਦੇ ਕੋਈ ਨਾ ਕੋਈ ਆਕ੍ਰਿਤੀ ਨੂੰ ਦੇਖਦੀ ਹਾਂ, ਕੋਈ ਨਾ ਕੋਈ ਮੈਥ ਦਾ ਟੋਪਿਕ ਦੇਖਦੀ ਹਾਂ, ਕੰਸੈਪਟ ਦੇਖਦੀ ਹਾਂ। ਤਾਂ ਮੈਂ ਤੁਹਾਨੂੰ ਕੁਛ ਚੀਜ਼ਾਂ ਦਿਖਾਉਣ ਲੱਗੀ ਹਾਂ, ਤੁਸੀਂ ਦੱਸਣਾ ਕਿ ਆਪਾਂ ਮੈਥ ਦਾ ਕਿਹੜਾ ਕੰਸੈਪਟ ਅੱਜ ਪੜ੍ਹਨਾ ਹੈ, ਕਿਹੜੀ ਐਕਟੀਵਿਟੀ ਕਰਨੀ ਹੈ। ਇਹ ਆਪਣੇ ਕੋਲ ਜਮੈਟਰੀ ਬੋਕਸ ਵਿੱਚ ਸਮਾਨ ਹੈ ਜਾਂ ਆਪਾਂ ਜਿਹੜਾ ਐਕਟੀਵਿਟੀ ਕਰਨਾ ਉਹਦੇ ਲਈ ਸਮਾਨ ਹੈ। ਤਾਂ ਆਪਣੇ ਕੋਲ ਇਹ ਦਿਖਾਈ ਦੇ ਰਿਹਾ ਸਟੈਪਲਰ, ਠੀਕ ਹੈ। ਤਾਂ ਇਹਦੇ ਵਿੱਚ ਆਹ ਅੰਦਰ ਜੋ ਬਣਿਆ ਹੈ ਇਹ ਤੁਸੀਂ ਦੇਖਣਾ ਹੈ ਕਿਆ ਹੈ। ਉਸੇ ਤਰ੍ਹਾਂ ਅੱਗੇ ਮੇਰੇ ਪਾਸ ਹੈ ਕੈਂਚੀ, ਕੈਂਚੀ ਨੂੰ ਜੇ ਮੈਂ ਖੋਲ੍ਹਾਂ ਤਾਂ ਕਿਆ ਬਣ ਰਿਹਾ ਹੈ, ਕਿਆ ਸ਼ੋ ਕਰ ਰਿਹਾ, ਮੈਥ ਦਾ ਕੌਣ ਸਾ ਆਕ੍ਰਿਤੀ ਹੈ, ਮੈਥ ਦੀ ਕਿਹੜੀ ਹੈ, ਕਿਹੜਾ ਕੌਨਸੈਪਟ ਹੈ। ਉਸੇ ਤਰ੍ਹਾਂ ਸਕੇਲ ਹੈ ਆਪਣੇ ਪਾਸ, ਸਕੇਲ ਨੂੰ ਦੇਖ ਕੇ ਤੁਸੀਂ ਕਿਆ ਸ਼ੋ ਕਰ ਸਕਦੇ ਹੋ, ਕਿਆ ਸੋਚ ਸਕਦੇ ਹੋ ਕਿ ਕਿਆ ਇਹ। ਹੋਰ ਆਪਣੇ ਕੋਲ ਕਿਹੜਾ ਸਮਾਨ ਹੈ, ਮੇਰੇ ਪਾਸ ਪ੍ਰਕਾਰ ਹੈ, ਕੰਪਸ ਹੈ, ਇਸ ਨੂੰ ਵੀ ਤੁਸੀਂ ਦੇਖ ਸਕਦੇ ਹੋ। ਉਸੇ ਤਰ੍ਹਾਂ ਮੈਂ ਜੇ ਫਿੰਗਰਸ ਨੂੰ ਇਸ ਤਰ੍ਹਾਂ ਕਰਾਂ, ਕਿਹੜੀ ਆਪਾਂ ਕਰਦੇ ਹਾਂ, ਸਾਰੇ ਬੱਚੇ ਕਰਦੇ ਆ ਨਾ, ਕਈ ਸੈਲਫੀ ਲੈ ਕੇ ਕਰਦੇ ਹੈ, ਇਸ ਨੂੰ ਆਪਾਂ ਵਿਕਟਰੀ ਦਾ ਸਾਈਨ ਬਣਾਉਂਦੇ ਹਾਂ। ਤਾਂ ਆਹ ਆਪਣੇ ਕੋਲ ਕਿਆ ਬਣ ਰਿਹਾ, ਇਸੇ ਤਰ੍ਹਾਂ ਆਪਾਂ ਇਸ ਤਰ੍ਹਾਂ ਸਾਈਨ ਕਰਦੇ ਹਾਂ, ਆਹ ਕਿਆ ਬਣ ਰਿਹਾ ਆਪਣੇ ਕੋਲ, ਠੀਕ ਹੈ। ਹੋਰ ਆਪਣੇ ਪਾਸ ਕਿਆ ਹੈ ਮੈਮ, ਇੱਥੇ ਆਪਣਾ ਧਾਗਾ, ਹਾਂਜੀ ਜਿਵੇਂ ਥਰੈਡ, ਹਾਂਜੀ ਧਾਗਾ ਹੈ ਆਪਣੇ ਪਾਸ, ਠੀਕ ਹੈ। ਇਹ ਧਾਗਾ ਆਪਣੇ ਕੋਲ ਲੰਬਾ ਲੰਬਾ ਜਾਈ ਜਾ ਰਿਹਾ ਲੰਬਾ ਲੰਬਾ। ਇਹ ਆਪਣੇ ਪਾਸ ਹੈ ਸਟਿੱਕ, ਇਹ ਸਟਿੱਕ ਆਪਣੇ ਪਾਸ ਛੋਟੀ ਜੀ। ਤੋ ਇਸ ਤਰ੍ਹਾਂ ਆਪਣੇ ਕੋਲ ਜੇ ਮੰਨ ਲਓ ਆਪਣੇ ਕੋਲ ਕਾਗਜ਼ ਹੈ, ਕਾਗਜ਼ ਦਾ ਆਪਣੇ ਕੋਲ ਆਹ ਸਾਈਡ ਵਾਲਾ ਪੋਰਸ਼ਨ ਹੋ ਗਿਆ, ਇਹ ਸਾਰਾ ਕਿਆ ਸ਼ੋ ਕਰ ਰਹੀ ਹੈ। ਹੁਣ ਮੈਮ ਥੋੜ੍ਹਾ ਜਿਹਾ ਤੁਹਾਨੂੰ ਦੱਸਣਗੇ, ਮੈਮ ਤੁਸੀਂ ਦੱਸ ਸਕਦੇ ਹੋ ਕਿ ਕਿਆ ਧਾਗਾ ਸ਼ੋ ਕਰਦਾ ਹੈ ਜਾਂ ਸਟਿੱਕ ਕਿਆ ਸ਼ੋ ਕਰਦੀ ਹੈ, ਜਾਂ ਆਪਣੇ ਕੋਲ ਪੈੱਨ ਦੀ ਜੇ ਨੋਕ ਹੈ ਉਹ ਕਿਆ ਸ਼ੋ ਕਰਦੀ ਹੈ। ਹੁਣ ਦੇਖੋ ਬੇਟਾ, ਇਹ ਜਿਹੜੇ ਚੀਜ਼ਾਂ ਨੇ ਹੈ ਨਾ, ਇਹ ਸਾਡੀਆਂ ਜਿਹੜੀਆਂ ਆਪਾਂ ਕਹਿੰਦੇ ਹਾਂ ਕਿ ਇਹ ਸਾਡੇ ਜਮੈਟਰੀ ਦੇ ਕੁਝ ਕੰਸੈਪਟਸ ਜੋ ਹੈ ਉਹ ਸ਼ੋ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਜੋ ਹੈ ਉਹ ਅਸੀਂ ਪੈੱਨ ਦੀ ਟਿਪ ਨਾਲ ਕਰਾਂਗੇ। ਜਿਵੇਂ ਹੁਣ ਪੈੱਨ ਦੀ ਟਿਪ ਜੇ ਤੁਸੀਂ ਕਿਤੇ ਵੀ ਮਤਲਬ ਲਗਾਓ ਤੇ ਉੱਥੇ ਇੱਕ ਇੰਪਰੈਸ਼ਨ ਬਣ ਜਾਂਦਾ ਹੈ। ਇਸ ਇੰਪਰੈਸ਼ਨ ਨੂੰ ਜੋ ਹੈ ਅਸੀਂ ਕਿਆ ਕਹਿੰਦੇ ਹਾਂ ਕਿ ਇਹ ਕਿਆ ਹੈ, ਸਾਡੀ ਬਿੰਦੂ ਹੈ, ਕਿਆ ਹੈ ਇਹ ਸਾਡੀ ਬਿੰਦੂ। ਤਾਂ ਮੈਮ ਦੇਖੋ, ਜਿਵੇਂ ਮੈਂ ਇੱਥੇ ਆਹ ਕੀਤਾ ਤੇ ਮੈਂ ਕਹਿ ਸਕਦੀ ਹਾਂ ਕਿ ਇਹ ਮੇਰਾ ਇੱਕ ਜਿਓਮੈਟ੍ਰੀਕਲ ਕਨਸੈਪਟ ਹੈ, ਇਹ ਕਿਆ ਹੈ ਮੇਰਾ ਇੱਕ ਪੁਆਇੰਟ ਹੈ। ਤੇ ਜਦੋਂ ਇਹ ਪੁਆਇੰਟਸ ਆਪਾਂ ਇੱਕ ਲਾਈਨ ਦੇ ਵਿੱਚ ਲਗਾ ਦਈਏ ਤੇ ਉਹਨਾਂ ਨੂੰ ਅਸੀਂ ਮਤਲਬ ਮਿਲਾ ਲਈਏ ਤਾਂ ਸਾਡੇ ਕੋਲ ਕਿਆ ਬਣ ਜਾਂਦੀ ਹੈ, ਇੱਕ ਰੇਖਾ ਬਣ ਜਾਂਦੀ ਹੈ। ਇਹ ਅਨੰਤ ਦੂਰੀ ਤੱਕ ਜਾਂਦੀ ਹੈ, ਠੀਕ ਹੈ ਜੀ, ਬੱਚੋ ਜਾਈ ਜਾ ਰਹੀ ਹੈ, ਖਤਮ ਨਹੀਂ ਹੋਏਗੀ। ਬਟ ਜੇ ਮੈਂ ਇਹਦਾ ਇੱਕ ਪਾਰਟ ਲੈ ਲਾਂ, ਇੱਕ ਇੰਨਾ ਪੋਰਸ਼ਨ ਲੈ ਲਾਂ, ਤਾਂ ਮੈਂ ਕਿਆ ਕਹੂੰਗੀ ਕਿ ਇਹ ਮੇਰੀ ਕਿਆ ਹੈ, ਲਾਈਨ ਸੈਗਮੈਂਟ ਹੈ, ਯਾਨੀ ਕਿ ਰੇਖਾ ਖੰਡ ਹੈ। ਜਿਵੇਂ ਤੁਸੀਂ ਇਹ ਸਟਿੱਕ ਦਿਖਾਈ ਸੀਗੀ, ਜਾਂ ਤੁਸੀਂ ਕਹਿ ਸਕਦੇ ਹੋ ਇਹ ਜੋ ਸਕੇਲ ਹੈ ਇਹ ਵੀ ਸਾਡੀ ਜੋ ਹੈ ਰੇਖਾ ਖੰਡ ਦੀ ਇਗਜ਼ਾਮਪਲ ਹੈਗੀ ਹੈ, ਯਾਨੀ ਕਿ ਲਾਈਨ ਸੈਗਮੈਂਟ। ਤਾਂ ਦੇਖੋ ਇਹ ਜਿਹੜੀਆਂ ਚੀਜ਼ਾਂ, ਈਵਨ ਮੈਮ ਤੁਸੀਂ ਹੋਰ ਵੀ ਪੁੱਛਿਆ ਸੀਗਾ, ਜਿਵੇਂ ਸਟੈਪਲਰ ਤੁਸੀਂ ਪੁੱਛਿਆ ਸੀਗਾ ਹੈ ਨਾ, ਇਹਦੇ ਵਿੱਚ ਕਿਹੜੀ ਮਤਲਬ ਉਹ ਬਣ ਰਿਹਾ, ਸਾਡੇ ਕੋਲ ਸ਼ੇਪ ਜੋ ਹੈ ਉਹ ਆ ਰਹੀ ਹੈ, ਉਹ ਕੀ ਹੈ ਸਾਡੇ ਕੋਲ, ਕਿਆ ਬਣ ਰਿਹਾ, ਐਂਗਲਸ। ਕਈ ਬੱਚਿਆਂ ਨੇ ਤਾਂ ਚਲੋ ਆਨਸਰ ਵੀ ਦਿੱਤਾ ਹੋਣਾ ਕਿ ਇਹ ਕਿਆ ਹੈ ਸਾਡੇ ਐਂਗਲਸ। ਅਤੇ ਬਾਕੀ ਤੁਸੀਂ ਵੀ ਮੈਮ ਦੱਸੋ ਬੱਚਿਆਂ ਨੂੰ ਹੋਰ ਕਿਹੜੇ ਕਿਹੜੀਆਂ ਜਿਹੜੀਆਂ ਆਕ੍ਰਿਤੀਆਂ ਨੇ ਤੁਸੀਂ ਇਹਦੇ 'ਚ ਇਹਨਾਂ ਨੂੰ ਦੱਸ ਸਕਦੇ। ਜਿਸ ਤਰ੍ਹਾਂ ਆਪਣੇ ਪਾਸ ਕੈਂਚੀ ਹੈ, ਕੈਂਚੀ ਨੂੰ ਖੋਲ੍ਹ ਲਈ, ਜੇ ਮੈਂ ਇਸ 'ਤੇ ਇੱਕ ਸਾਈਡ ਨੂੰ ਆਪਾਂ ਸਿੱਧੀ ਰੇਖਾ ਮੰਨ ਲਈਏ ਤਾਂ ਇਹ ਦੋਨੋਂ ਕਾਟਵੀਆਂ ਰੇਖਾ ਹੋ ਗਈਆਂ। ਤਾਂ ਇਹਦੇ ਨਾਲ ਆਪਣੇ ਕੋਲ ਐਂਗਲ ਅਤੇ ਟਾਈਪਸ ਆ ਜਾਂਦੀਆਂ ਕੁਛ, ਤੋਂ ਆਪਾਂ ਅੱਗੇ ਪੜ੍ਹਾਂਗੇ। ਇਸੇ ਤਰ੍ਹਾਂ ਆਪਣੇ ਕੋਲ ਜੇ ਪ੍ਰਕਾਰ ਲਿੱਤੀ ਹੈ, ਪ੍ਰਕਾਰ ਦੇ ਆਪਣੇ ਕੋਲ ਦੋ ਆਹ ਸਾਈਡਾਂ ਹੈ, ਇਹਨੂੰ ਆਪਾਂ ਕਿਆ ਮੰਨਾਂਗੇ, ਇਸ ਦੀਆਂ ਭੁਜਾਵਾਂ ਮੰਨਾਂਗੇ। ਅੰਦਰ ਜਿਹੜਾ ਪੇਚ ਲੱਗਿਆ ਇਸ ਇਹ ਕਿਆ ਹੋ ਗਿਆ, ਆਪਾਂ ਨੂੰ ਕਿਆ ਸ਼ੋ ਕਰਦਾ, ਬਿੰਦੂ ਸ਼ੋ ਕਰਦਾ। ਤੋ ਦੋ ਭੁਜਾਵਾਂ ਦੇ ਨਾਲ ਆਹ ਵਰਟਿਸਿਸ ਹੋ ਗਿਆ, ਤੋ ਆਪਣੇ ਕੋਲ ਕਿਆ ਹੋ ਗਿਆ, ਇਹ ਐਂਗਲ ਹੋ ਗਿਆ। ਤੋ ਇਸੇ ਤਰ੍ਹਾਂ ਆਪਾਂ ਨੇ ਸਟਿੱਕ ਲਿੱਤੀ ਜਾਂ ਸਕੇਲ ਲਿੱਤਾ, ਇਹ ਵੀ ਆਪਣੇ ਕੋਲ ਕੋਈ ਐਂਗਲ ਦਾ ਕੰਮ ਕਰਦਾ, ਤੋ ਸਿੱਧਾ ਬਿਲਕੁਲ ਸਟ੍ਰੇਟ ਹੈ ਇਹ, ਤੋ ਇਹਨੂੰ ਆਪਾਂ ਕਿਆ ਬੋਲਦੇ ਹਾਂ, ਸਟ੍ਰੇਟ ਐਂਗਲ ਜਾਂ ਸਰਲ ਕੋਣ। ਤੇ ਫਿਰ ਇਸ ਤਰੀਕੇ ਨਾਲ ਬੱਚਿਓ, ਜੋ ਮੈਮ ਨੇ ਤੁਹਾਨੂੰ ਇੱਥੇ ਕਨਸੈਪਟ ਸਮਝਾਇਆ ਉਹਦੇ ਵਿੱਚ ਕਿਆ ਹੈ, ਅਸੀਂ ਜੋ ਕਰਨਾ ਹੈ ਉਹ ਸਾਡਾ ਕਿਆ ਹੈ, ਐਂਗਲਸ ਦਾ ਕਨਸੈਪਟ ਹੈ। ਐਂਗਲਸ ਦੇ ਕਨਸੈਪਟ ਲਈ ਅਸੀਂ ਕੀ ਕਰਨਾ, ਦੇਖੋ ਮੈਮ ਨੇ ਕਿਹਾ ਕਿ ਹਾਂਜੀ ਸਾਡੇ ਕੋਲ ਇੱਕ ਪੁਆਇੰਟ ਹੈ, ਇੱਕ ਪੁਆਇੰਟ 'ਤੇ ਜਦੋਂ ਟੂ ਲਾਈਨ ਸੈਗਮੈਂਟਸ
या लाइनस या फिर रेस इंटरसैक्ट कर दें, जेडे पॉइंट तो इंटरसैक्ट कर दें उत्थे क्या बन जाता है, एक एंगल बन जाता है। तो जिथे वह एंगल बनता है जेड़ा तो पॉइंट है उन्होंने असी क्या कहें, उस एंगल का वर्टेक्स कहने हैं। और जेड़िया दो साइडा ते एक्सटेंड हुई भी है मतलब लाइनज है उन्होंने असी क्या कहने भुजावं या फिर आर्म्स कह दें, है ना। तो ये ही असी जो है अपने एंगल्स नू डिफरेंट डिफरेंट नेम कर लें। तो हुण जो है असी पहला जिहड़े साडे वख वख तरह के असी अज एंगल्स सीखने ने या कुछ भी हैगा, उतो पहला असी की कर लिए असी इहदे बारे थोड़ा जा जो है वह जानकारी प्राप्त करते हाँ। तो बच्चे तुहानू पता लग गया होना कि आपां किहड़ा चैप्टर करन लगे हैं, क्योंकि चैप्टर दे पहला भी तुसी लैक्चर देख चुके हो, चैप्टर अपना रेखावां ते कोण। तो अज आपां ने मेन इस दे बारे पढ़ना एक्टिविटीज़ बारे। तुसी इहनां दे कुछ लैक्चर देखी है पहला, चैप्टर का नाम है रेखावां ते कोण लाइनस एंड एंगल्स, छेवां चैप्टर अपना। तो हुण आपां इहदी थोड़ी जी इंट्रोडक्शन पहला देखिए, फिर आपां एंगल्स बारे पढ़ांगे। तो सब तो पहला अपने पास क्या है, एक आपां ने डॉट लगाता, बिंदू लगाता पेंसिल दी तिखी नोक दे नाल, तो इहनूं आपां बोलदे हां बिंदू या पॉइंट। फिर जेकर आपां दो बिंदुआं नूं आपस च जोड़ दिए तो अपने कोल क्या हो गया है, रेखाखंड। वैसे ये छोटियां क्लासा तो सारे तुसी बच्चे पढ़ रहे हो, पर आपां ने जो एंगल्स का कॉन्सैप्ट करना तो स्टार्टिंग तो आपां इस बारे पढ़ते हैं थोड़ा। हुण जेकर मैं इस रेखाखंड नूं दोनों पासिया तो अनंत तकर वधाता, तीर का निशान हुंदा है कि वह अगे वधी जांदे अनंत तकर वधाता, तो क्या बन जूगी यह रेखा। जेकर पर मैं इस रेखाखंड नूं सिर्फ एक साइड तो ही वधावांगी, जेकर मैं इस साइड नूं इस बिंदु नूं सेम रखता तो दूसरे बिंदु नूं, मान लो ए बिंदु आ बी बिंदु है, ए बिंदु नूं मैं कुछ नहीं किया, बी बिंदु तो मैं इसनूं वधाई जावांगी, तो एक साइड तो वध रहा है, तो इहनूं क्या बोलते हैं आपां, किरण। पॉइंट नूं आपां कोई भी अक्षर ए या स्मॉल ए नाल जां पी नाल कुछ भी शो कर सकदी हां। रेखाखंड नूं मैं ए बी लिखता, उसे तरह अपने कोल रेखा विच ए बी हो गया। हुण अपने कोल है अगे दो आपां किरणां नूं मिलाईए तो अपने कोल क्या बनेगा, मैं एक पॉइंट लै लिया ए, इस ते मैं इस तरह एक किरण बनाई तो उपर नूं एक किरण बनाई, जिथे मर्जी बना सकते हैं, यानी कि दो किरणा जो एक पॉइंट उन्होंने सेम रख दिए तो आह वाला अपने पास पोर्शन क्या बनया, इसनों आप बोलेंगे कोण। मान लो एक किरण है यदि ए बी तो एक है ए सी, तो इस तरह ए बी ए सी क्या हो इसे भुजावं, ए बी सी क्या हो गया इसका, इसते शिखर हो गए, तो इनू आप लिखांगे कोण ए या कोण सी ए बी या कोण बी ए सी। तो हुण आपां ने अज कोणस की टाइप्स बारे ही पढ़ना है, केड़ियां केड़ियां टाइप्स है, तो जो थोनों अभ्यास में आएंगे कि लागमी कोण क्या होंगे, शिखर सम्मुख कोण क्या होंगे, तो रेखी जोड़ा क्या होंगे, वह पढ़ांगे। चलो हुण असी रियल जो साड़ी वर्ल्ड है ना, साड़े आस पास जिन्हें भी चीज़ा है उदे विच असी देखते हैं कि एंगल्स असी कित्थे कित्थे देख सकते हैं। तो जिवें हुण मैम ने स्टार्टिंग दे विच तुहानू दस्या कि जदों भी असी एंगल्स बारे पढ़ना है तो सब तो स्टार्ट असी कितों कीता सी मैम ने, बिंदु तो यानी कि पॉइंट तो। तो हमेशा बच्चे याद रखियो कि साड़ी जो जोमैट्रिकल कंसैप्ट है उदी जो सब तो छोटी इकाई आपां कह लैंदे हैं वह की है, एक पॉइंट। एक पॉइंट तो ही जो है साड़ा बेस हैगा जोमैट्री का, तो उस तो बाद साड़ियां जिन्नियां भी शेप सानू मिलदी हैं तो उन्हूं असी कह कहने कि यह साड़ी जोमैट्रिकल फिगरस है। तो जोमैट्रिकल फिगर दे विच एक आंदा साड़ा एंगल, एंगल जो है वह साड़ी लाइफ दे विच बहुत इंपॉर्टेंट है। हुण देखो जिवें चेयर है, हुण चेयर दे विच पर जे तो असी बैठना है तो वह किसी उहदे जिहड़े मतलब वह बनाए हुए ने जो लैगस बनाई हुई ने वह जो है एक पर्टिकुलर एंगल ते होणगियां। जे ये एंगल उन्होंने ना हो तो जो है कुर्सी मतलब बैठने लायक नहीं रहेगी, असी यह नहीं है कि असी उहदे ते बैठ सकीए। हुण जिवें उत्थे डोर देख रहे हो तुसी है ना, तो डोर दे विच भी जो है वह भी एंगल्स दे कंसैप्ट नूं देखो उन्होंने यूज किया वे, मतलब डिफरेंट डिफरेंट लाइन सैगमेंट्स आपां कह सकते उन्होंने मिला के ते जो है वह एंगल्स बनाए हुए ने। तो हुण जे असी कह दिए कि असी चलो जी एंगल्स वाला कंसैप्ट नहीं यूज करते तो देखोगे कि तुहाडे जो है डोर कोई
कोई शेप का नहीं होएगा। तो मतलब जिड़ियाँ भी है तुसी ए एंगल्स जो है साड़ी डेली लाइफ दे विच बहुत इंपॉर्टेंट है, इन्हों का जो एक कंसैप्ट है उसी बहुत जगह यूज करते हैं। तो हूँ जो है डिफरेंट काइंड ऑफ एंगल्स हैं, जिवें फर्स्ट जो फिगर्स तुसी देख रहे हो राइट एंगल है। राइट एंगल केड़े-केड़े हुंदे हैं, जिवें चेयर दे उत्ते दिखाया होया राइट एंगल है ना, ते ओ उपरों तो तुहाडी फिंगर्स उन्होंने जो है इशारा किया गया है उहदे विच भी जो है राइट एंगल बनाया गया विंडो पेन्स दे विच। फिर नेक्स्ट जो है वो साडे एक्यूट एंगल्स, एक्यूट एंगल्स जदों मैम ने थानू स्टार्टिंग दे विच दो फिंगर्स करके दिखाया सी, देखो उहदी फोटो भी हैगी है। तो जो है एंगल्स होर बाकी तुसी देख सकते हो जिहड़े तुहाडे घरां दे विच टोंग्स हुंदे मतलब चिमटे हुंदे जिहदे नाल तुहाडे मदर जो है रोटी बनांदे हैं, तुसी देखोगे कि वह भी क्या है, वह भी कंसैप्ट किहदा शो करदे हैं एक्यूट एंगल का है ना, यानी कि न्यून कोण जिहनूं आपां कहिंदे हैं। तो उहदे बाद जद असीं घरे पिज्जा मंगाईदा है ना, तो पिज्जा दे विच आपां स्लाइसिस कर लैंदे हैं, वह जो स्लाइसिस दे पीसिस हैं पहला तो जो सर्कुलर है बट उन्हें जब असं पीसिस कर देने तो वह दो लाइनस जो है फॉर्म हो जाती है जिथे आपू कटे है, तो वह जड़िया है वह भी क्या शो कर दिया सू एक्यूट एंगल। दैन इज ऑप्ट्यूज एंगल, ये टाइप्स ऑफ एंगल्स भी अपना इतने कर रहे हैं रिवाइज। तो बाकी है कि रियल वर्ल्ड इन एंगल्स की क्या इंपॉर्टेंस है तुम वह भी देख सकते हो, जिमें ऑप्ट्यूज एंगल कितने है, जब तुम स्विमिंग कर जाते हो स्विमिंग पूल के कोल जाते हो तो उत्थे तुहाडी रेस्टिंग चेयरस होंगे हैं, ठीक है जी। तो रेस्टिंग चेयरस जो है वह तुहाडिया कहते जो चेयरस है वह क्या होंगी है उन्होंने जो एंगल बनता वह क्या होंगे वह ऑप्ट्यूज एंगल होंगे। हूँ जो चेयर तुहाडी इस एंगल से ना हो तो उसे कंफर्टेबली नहीं बैठ सकते। इवें जो साडे प्रोपेलरस होंगे जो साडे विंड एनर्जी लिए यूज होंगे उन्होंने जो पखे दे विच जो मतलब प्रोपेलरस दे विच या पंखे जड़े है उहदे विच तुसी देख सकते हो तो वह कि कोण एंगल होंगे उहदा भी ऑप्ट्यूज एंगल होंगे। और इहदी भी एक उत्थे क्या इस एंगल की भी उत्थे क्या है एक इंपॉर्टेंस है, अदरवाइज तुसी जिहड़ा तुहाडा प्रोपेलर है जो तुसी 90 डिग्री एंगल से लगा दोगे या किसी होर एंगल से लगा दोगे दे विल नॉट वर्क। सो इसी तरीके जिमें है कि इतने एक थोड़ा हैंड फैन है ना, जब आप मतलब गर्मी के खोलते हैं तो तुम देखोगे कि एवं रियल वर्ल्ड के जो है साड़ियाँ बहुत सारिया चीज़ा उसी डिफरेंट डिफरेंट एंगल्स देख सकते हो। मैम ने बिल्कुल अच्छी तरह थोनू दसता कि एंगल्स तो बिना आप नहीं रह सकते, मतलब अपने जो एंगल सही ना हो कोई भी चीज़ वह ठीक तरीके काम नहीं करेगी। उस तरह अगे कोना अपने को आता है रेखी जोड़ा, रेखी जोड़े की परिभाषा तो देख सकते रेखी मतलब एक रेखा के उपर जो कोण बने होंगे है उन्होंने आप बोलते हैं रेखी जोड़ा लीनियर पेयर एंगल्स। तो अपने पास है कि लीनियर पेयर इतने एक तुम तस्वीर देख रहे हो कि रोड बनी हुई है पहली तस्वीर च, एक रोड विच ते अपने मेन रोड है तो अंदर मान लो एक गली निकल रही है, तो इस तरह अपने को एक सीधी रेखा तो फिर अंदर जो बनया तो इस तरह अपने को मान लो आ पार्क ए है तो एक पार्क बी है, ये दोनों किड़े बनाते पे अपने को रेखी जोड़ा बना रहे हैं। उसी तरह बिजली के खंभिया के उपर सीधा खंभा लगे तो नीचे खंभा लगे उपर लगे जरा वे अपने को एक साइड पर पी बनया हो एक साइड पर अपने क्यू लिखा, तो ये दोनों केड़े एंगल हो गए लीनियर पेयर। उसी तरह अपने सीजर दिखाई सी, सीजर के नाल भी जो मान लो सीजर की एक साइड में आप सीधी रेखा मनीए तो उपरली साइड उपरले पोर्शन के नाल अपने को जो दो कोण बनने वो दोनों कोण केड़े हो रेखी जोड़ा। तो यानी कि रेखी जोड़ा क्या होगा एक सरल रेखा के उपर बने कोण होंगे जिन्हों का जोड़ हमेशा क्या होंगे 180 डिग्री, वह आप हम एक्टिविटी इतने करांगे। नेक्स्ट हैगा साडा वर्टिकली ओपोजिट एंगल्स यानी कि शिखर सन्मुख कोण। शिखर का मतलब जिवें हुण असीं स्टार्टिंग दे विच जदों भी असीं कोण का कंसैप्ट शुरू किया सी तां असीं तुहानूं दस्सिया सीगा कि जिथे दो रेज मिलदियां ने ते उत्थे जो है एक पॉइंट असीं लैंदे आं उहनूं असीं वर्टेक्स कहिंदे आं ते उहनूं असीं शिखर भी शिखर कहिंदे आं है ना पंजाबी दे विच भी साडा शिखर है। ते जिहड़ा उह साडा पॉइंट है जद उहदे ते दो रेखावां जिवें मैम ने दस्सिया सी कैंची दे उदाहरण लैके भी इह जिहड़ियां काटवीआं रेखावां आपां ने अपने कोल आ गईआं ने ते जदों साडे कोल दो काटवीआं रेखावां हुंदीआं तां जिस पॉइंट ते उह दोनों एक दूसरे नूं कटदीआं ने तां उत्थे जो है मतलब एंगल्स फॉर्म होंगे हैं जिहड़े इह एंगल्स इन्हां नूं असीं क्या कहिंदे आं वर्टिकली ओपोजिट एंगल। इहदे विच इह जिहड़ा एंगल दा नेम है इह खुद ही अपने आप नूं दस दिंदा है कि वर्टेक्स दे उपर जिहड़े एक दूसरे दे सामने है ना वर्टेक्स साडी जिहड़ी पॉइंट है
ਉਹਦੇ ਆਮੋ ਸਾਹਮਣੇ ਜਿਹੜੇ ਕੋਣ ਨੇ ਉਹ ਕਿਹੜੇ ਹੁੰਦੇ ਆ? ਸਿਖਰ ਸਨਮੁਖ ਕੋਣ। ਜਿਵੇਂ ਇੱਥੇ ਏ ਬੀ ਅਸੀਂ ਲੈ ਲਿਆ ਜਾਂ ਫਿਰ ਅਸੀਂ ਰੋਡ ਦੀ ਉਦਾਹਰਣ ਲੈ ਲਈਏ, ਤਾਂ ਜਿਹੜੇ ਇਹਦੇ ਵਿੱਚ ਮਤਲਬ ਬੱਚੇ ਖੜੇ ਹੈ ਇਹ ਇੱਕ ਦੂਸਰੇ ਦੇ ਆਮੋ ਸਾਹਮਣੇ ਖੜੇ ਹੈ, ਤੇ ਇਹ ਜਿਹੜੇ ਹੈ ਇਹ ਕਿਹੜਾ ਮਤਲਬ ਇੱਥੇ ਐਂਗਲਸ ਰੀਪ੍ਰਜੈਂਟ ਕਰ ਰਹੇ ਹੈ ਸਾਡੇ? ਸਿਖਰ ਸਨਮੁਖ ਕੋਣ ਜਾਂ ਵਰਟੀਕਲੀ ਓਪੋਜਿਟ ਐਂਗਲਸ। ਤੇ ਤੁਸੀਂ ਦੋ ਪੈਨਸਿਲਸ ਨੂੰ ਐਵੇਂ ਪਕੜ ਲੈਂਦੇ ਹੋ ਕਈ ਵਾਰ ਖੇਡਦੇ ਖੇਡਦੇ, ਤਾਂ ਉੱਥੇ ਵੀ ਜੋ ਸਾਡੇ ਦੇਖੋ ਐਂਗਲਸ ਜੋ ਹੈ ਫੋਰਮ ਹੋ ਜਾਂਦੇ ਹੈ। ਜਿਵੇਂ ਇੱਥੇ ਫੋਰ ਐਂਗਲਸ ਦੇਖੋ, ਜਦ ਵੀ ਤੁਸੀਂ ਵਰਟੀਕਲੀ ਓਪੋਜਿਟ ਐਂਗਲਸ ਕਰੋਗੇ ਤਾਂ ਤੁਹਾਡੇ ਕੋਲ ਫੋਰ ਐਂਗਲਸ ਫੋਰਮ ਹੋਣਗੇ। ਤਾਂ ਇਹ ਜਿਹੜੇ ਹੈਗੇ ਆ ਐਂਗਲਸ ਕਿਹੜੇ ਹੈਗੇ ਆ? ਵਰਟੀਕਲੀ ਓਪੋਜਿਟ ਐਂਗਲਸ। ਔਰ ਵਰਟੀਕਲੀ ਓਪੋਜਿਟ ਐਂਗਲਸ ਹਮੇਸ਼ਾ ਕਿਆ ਹੁੰਦੇ? ਇਕੁਅਲ ਹੁੰਦੇ ਆ। ਜਿਵੇਂ ਇੱਕ ਦੇ ਸਾਹਮਣੇ ਵਾਲਾ ਕੋਣ ਕਿੰਨਾ ਹੈ? ਤਿੰਨ। ਇਹਨਾਂ ਦਾ ਮੁੱਲ ਬਰਾਬਰ ਹੋਏਗਾ, ਇਹਨਾਂ ਦੀ ਵੈਲਿਊ ਇਕੁਅਲ ਹੋਏਗੀ। ਐਵੇਂ ਟੂ ਦੇ ਸਾਹਮਣੇ ਕਿਆ ਹੈ? ਫੋਰ। ਤਾਂ ਇਹ ਵੀ ਜੋ ਦੋਨੋਂ ਐਂਗਲਸ ਹੈ ਆਪਸ ਦੇ ਵਿੱਚ ਕਿਆ ਹੋਣਗੇ? ਇਕੁਅਲ ਹੋਣਗੇ। ਅੱਗੇ ਆਪਣੇ ਪਾਸ ਆਉਂਦਾ ਇਸ ਦਾ ਲਾਗਵੇਂ ਕੋਣ। ਲਾਗਵੇਂ ਕੋਣ ਕਿਆ ਹੁੰਦੇ ਆ? ਕਿ ਜਦੋਂ ਆਪਣੇ ਕੋਲ ਦੋ ਕੋਣ ਜਿਨ੍ਹਾਂ ਦਾ ਇੱਕ ਸਾਂਝੀ ਪੂਜਾ ਹੁੰਦੀ ਹੈ ਅਤੇ ਇੱਕੋ ਹੀ ਉਹਨਾਂ ਦਾ ਸ਼ਿਖਰ ਬਿੰਦੂ ਹੁੰਦਾ। ਜਿਵੇਂ ਕਿ ਘੜੀ ਦੀਆਂ ਆਪਣੇ ਕੋਲ ਸੂਈਆਂ, ਇੱਥੇ ਆਪਣੇ ਕੋਲ ਵੱਡੀ ਸੂਈ ਅਤੇ ਇੱਕ ਸੈਕਿੰਡ ਵਾਲੀ ਸੂਈ ਦੇ ਨਾਲ ਇੱਕ ਕੋਣ ਆ ਬਣ ਰਿਹਾ, ਸੈਕਿੰਡ ਵਾਲੀ ਸੂਈ ਅਤੇ ਛੋਟੀ ਸੂਈ ਦੇ ਨਾਲ ਇੱਕ ਕੋਣ ਆ ਬਣ ਰਿਹਾ। ਤਾਂ ਉਹਦੇ ਵਿੱਚ ਆਪਣੇ ਕੋਲ ਜਿਹੜੀ ਸੈਕਿੰਡ ਵਾਲੀ ਸੂਈ ਹੈ, ਸਕਿੰਟਾ ਵਾਲੀ ਸੂਈ ਹੈ, ਉਹ ਆਪਣੇ ਕੋਲ ਕਿਆ ਹੋ ਗਈ? ਇੱਕ ਸਾਂਝੀ ਪੂਜਾ ਹੋ ਗਈ ਅਤੇ ਆਪਣੇ ਕੋਲ ਸਾਂਝਾ ਬਿੰਦੂ ਹੋ ਗਿਆ। ਤਾਂ ਲਾਗਵਾਂ ਕੋਣ ਕਿਆ ਹੁੰਦਾ? ਜਦੋਂ ਦੋ ਕੋਣ ਜਿਨ੍ਹਾਂ ਦੀ ਇੱਕ ਸਾਂਝੀ ਪੂਜਾ ਹੋਵੇ ਅਤੇ ਇੱਕ ਸਾਂਝਾ ਸ਼ਿਖਰ ਹੋਵੇ, ਉਹ ਹੁੰਦੇ ਆ ਲਾਗਵੇਂ ਕੋਣ। ਉਸੇ ਤਰ੍ਹਾਂ ਮੰਨ ਲਓ ਅਗਲੀ ਤਸਵੀਰ ਵਿੱਚ ਆਪਣੇ ਕੋਲ ਇੱਕ ਸੰਤਰਾ ਦਿਖਾਈ ਦੇ ਰਹੀ ਹੈ ਤੁਹਾਨੂੰ, ਸੰਤਰੇ ਦਾ ਪੀਸ, ਅਤੇ ਉਹਦੇ ਵਿੱਚ ਕਾਫੀ ਸਾਰੇ ਇਸ ਤਰ੍ਹਾਂ ਕੋਣ ਬਣੇ ਹੋਏ ਹਨ। ਤਾਂ ਇੱਕ ਜਿਹੜਾ ਵਿਚਕਾਰ ਹੈ ਮੰਨ ਲਓ ਇਹ ਉਹਨਾਂ ਦਾ ਸਾਂਝਾ ਬਿੰਦੂ ਆ, ਸ਼ਿਖਰ ਹੈ। ਤਾਂ ਇਸ ਦੇ ਨਾਲ ਆਪਣੇ ਕੋਲ ਆ ਦੋਨੋਂ ਕੋਣ ਹੋ ਗਏ ਲਾਗਵੇਂ ਕੋਣ। ਇਸੇ ਤਰ੍ਹਾਂ ਆਪਣੇ ਕੋਲ ਵਿੰਡੋ ਆ ਇੱਕ ਦਰਵਾਜ਼ੇ ਦਾ ਉੱਪਰ ਬਣਿਆ ਹੋਇਆ, ਤਾਂ ਉਸ ਦੇ ਵਿੱਚ ਵੀ ਆਪਣੇ ਕੋਲ ਇਹ ਸਾਰੇ ਲਾਗਵੇਂ ਕੋਣਾਂ ਦਾ ਕੰਮ ਕਰ ਰਹੇ ਹਨ। ਤਾਂ ਚਲੋ ਆਓ ਬੱਚੇ, ਹੁਣ ਆਪਾਂ ਇਹਨਾਂ ਦੇ ਨਾਲ ਦੀ ਐਕਟੀਵਿਟੀ ਕਰਦੇ ਹਾਂ। ਤਾਂ ਐਕਟੀਵਿਟੀ ਦੇ ਨਾਲ ਤੁਸੀਂ ਇਹਨਾਂ ਨੂੰ ਅੱਛੀ ਤਰ੍ਹਾਂ ਸਮਝਣਾ ਹੈ। ਜੋ ਸਾਡਾ ਫਸਟ ਹੈਗਾ ਉਹ ਅਸੀਂ ਕੀ ਕਰਨਾ ਹੈ? ਉਹ ਅਸੀਂ ਜੋ ਹੈ ਉਹ ਐਂਗਲਸ ਦੇ ਬਾਰੇ ਜੋ ਹੈ, ਜੋ ਸਾਡਾ ਫਸਟ ਹੈਗਾ ਉਹਦੇ ਵਿੱਚ ਅਸੀਂ ਕਿਹੜਾ ਕੰਸੈਪਟ ਲੈਣਾ? ਪਹਿਲਾਂ ਅਸੀਂ ਐਂਗਲਸ ਮਤਲਬ ਡਿਫਰੈਂਟ ਟਾਈਪਸ ਆਫ ਐਂਗਲਸ ਜਿਹੜੇ ਹੈਗੇ ਹੈ ਉਹਦੇ ਬਾਰੇ ਪੜ੍ਹਾਂਗੇ। ਅਤੇ ਇਹਦੇ ਲਈ ਅਸੀਂ ਕੀ ਕਰਿਆ? ਅਤੇ ਇੱਥੇ ਦੇਖੋ ਇੱਕ ਅਸੀਂ ਜੋ ਹੈ ਇੱਕ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਇਹ ਕਿਆ ਲੱਗਦੀ ਹੈ? ਇੱਕ ਘੜੀ ਦੀ ਤਰ੍ਹਾਂ ਹੈ ਨਾ, ਜਿਵੇਂ ਇਹਦੇ ਵਿੱਚ ਡਿਫਰੈਂਟ ਡਿਫਰੈਂਟ ਜੋ ਹੈ ਨੰਬਰਸ ਅਸੀਂ ਮਾਰਕ ਕਰੇ ਹੈ ਨਾ, ਐਵੇਂ ਸਾਡੀ ਵਾਚ ਦੇ ਉੱਪਰ ਹੁੰਦੇ ਆ। ਜੇ ਤੁਸੀਂ ਵਿੱਚ ਵਾਲਾ ਪੋਰਸ਼ਨ ਨਹੀਂ ਦੇਖੋਗੇ ਤਾਂ ਇੱਥੇ ਦੇਖੋ ਜਿਵੇਂ ਇੱਥੇ ਸਾਰਾ ਇਹ ਜੋ ਨੰਬਰਸ ਲਿਖੇ ਹੋਏ ਆ ਕਿ ਰੀਪ੍ਰਜੈਂਟ ਕਰ ਰਹੇ ਹਾਂ, ਸਾਡੀ ਵਾਚ ਦੀ ਤਰ੍ਹਾਂ ਰੀਪ੍ਰਜੈਂਟ ਕਰ ਰਹੇ ਹਾਂ। ਅਤੇ ਇਹ ਦੋ ਘੜੀ ਦੀਆਂ ਸੂਈਆਂ ਜੋ ਕਿ ਅਸੀਂ ਕਿਹਦੇ ਨਾਲ ਬਣਾਈਆਂ? ਟ੍ਰਾਂਸਪੇਰੈਂਸੀ ਦੇ ਨਾਲ। ਅਤੇ ਦੇਖੋ ਤੁਸੀਂ ਵੀ ਇਸ ਤਰੀਕੇ ਨਾਲ ਜੋ ਹੈ ਆਪਣੇ ਘਰ ਦੇ ਵਿੱਚ, ਹੁਣ ਕਿਉਂਕਿ ਐਕਟੀਵਿਟੀ ਦਾ ਟਾਈਮ ਹੈ ਤਾਂ ਤੁਸੀਂ ਐਵੇਂ ਦੀਆਂ ਜੋ ਹੈ ਖੇਡ ਖੇਡ ਦੇ ਵਿੱਚ ਮੈਥ ਸਿੱਖਣਾ, ਤਾਂ ਉਹਦੇ ਲਈ ਤੁਸੀਂ ਕਿਆ ਕਰੋਗੇ? ਇਹਨੂੰ ਸਿੱਖਣ ਲਈ ਤੁਸੀਂ ਜੋ ਹੈ ਆਪਣੀਆਂ ਮਤਲਬ ਘਰ ਦੇ ਵਿੱਚ ਐਵੇਂ ਸ਼ੀਟਾਂ ਹੁੰਦੀਆਂ ਨੇ ਨਾ, ਐਵੇਂ ਦੇ ਕੁਛ ਤੁਹਾਡੇ ਪਿਆ ਹੋਏਗਾ ਕੋਈ ਪੇਜ ਜਾਂ ਟ੍ਰਾਂਸਪੇਰੈਂਟ ਸ਼ੀਟ ਜੋ ਵੀ ਪਈ ਹੋਏਗੀ ਉਹਦੇ ਨਾਲ ਤੁਸੀਂ ਇਹਦੀਆਂ ਸੂਈਆਂ ਬਣਾ ਸਕਦੇ ਹੋ। ਅਤੇ ਤੁਸੀਂ ਜੋ ਹੈ ਇਹਦੇ ਲਈ ਅਸੀਂ ਹੁਣ ਮੈਮ ਤੁਹਾਨੂੰ ਦੱਸਣਗੇ ਕਿ ਤੁਸੀਂ ਕਿਵੇਂ ਫੋਰਮ ਬਣਾ ਸਕਦੇ ਹੋ ਇਹਨੂੰ। ਅਤੇ ਇਹਦੇ ਵਿੱਚ ਬੱਚੇ ਤੁਸੀਂ ਇੱਕ ਕਾਗਜ਼ ਲੈ ਕੇ ਉਸਦੇ ਉੱਪਰ ਚਾਹੇ ਤੁਸੀਂ ਉਸਨੂੰ ਪ੍ਰਕਾਰ ਦੇ ਨਾਲ ਬਣਾ ਲਓ ਗੋਲਾ, ਅਤੇ ਚਾਹੇ ਮੈਂ ਹੁਣ ਇੱਥੇ ਥੋੜ੍ਹਾ ਈਜ਼ੀ ਕਰਨ ਲਈ ਮੇਰੇ ਪਾਸ ਗੋਲ ਡੀ ਪਈ ਹੈ, ਮੈਂ ਇਸ ਦੇ ਨਾਲ ਗੋਲਾ ਲੈ ਲੈਂਦੀ ਹਾਂ। ਫਿਰ ਆਪਾਂ ਇਸਨੂੰ ਕੱਟ ਲੈਣਾ ਹੈ। ਕੱਟਣ ਤੋਂ ਬਾਅਦ ਤੁਹਾਨੂੰ ਜਿਵੇਂ ਘੜੀ ਬਣਾਉਣੀ ਆਉਂਦੀ ਹੀ ਹੈ, ਉੱਪਰ 12 ਬਿਲਕੁਲ ਸਿੱਧਾ ਨੀਚੇ ਉਹਦਾ ਆ ਜਾਏਗਾ ਆਪਣੇ ਕੋਲ 6, ਰਾਈਟ ਸਾਈਡ 'ਤੇ ਆਪਣੇ ਕੋਲ 3 ਅਤੇ ਲੈਫਟ ਸਾਈਡ 'ਤੇ ਆਪਣੇ ਪਾਸ ਆ ਜਾਏਗਾ 9। ਇਸ ਤਰੀਕੇ ਨਾਲ ਜੋ ਹੈ ਆਪਾਂ ਘੜੀ ਫੋਰਮ ਕਰ ਲੈਣੀ ਹੈ। ਅਤੇ ਉਹਦੇ 'ਤੇ ਤੁਸੀਂ ਸੈਂਟਰ ਦੇ ਵਿੱਚ ਜੋ ਹੈ ਇਸ ਤਰੀਕੇ ਨਾਲ ਜੋ ਹੈ ਤੁਸੀਂ ਆਪਣੀਆਂ ਇਹ ਸੂਈਆਂ ਲਗਾ ਲੈਣੀਆਂ ਹੈ ਨਾ। ਅਤੇ ਇਸ ਤਰੀਕੇ ਨਾਲ ਜੋ ਹੈ ਆਪਾਂ ਆਪਣੀ ਐਕਟੀਵਿਟੀ ਕਰ ਸਕਦੇ ਹਾਂ। ਇਹ ਜੋ ਸੈਂਟਰ ਦੇ ਵਿੱਚ ਹੈ ਇਹ ਚਾਹੇ ਤੁਸੀਂ ਆਪਣੇ ਉਹ ਵਾਈਟ ਪੇਜ ਦੇ ਉੱਪਰ ਬਣਾ ਕੇ ਲਗਾ ਸਕਦੇ ਹੋ, ਜਾਂ ਅਦਰਵਾਈਜ਼ ਤੁਸੀਂ ਜੇ ਨਹੀਂ ਕਰਨਾ ਤਾਂ ਤੁਹਾਡੇ ਕੋਲ ਸਿੰਪਲ ਡੀ ਹੈ ਤਾਂ ਤੁਸੀਂ ਉਹਦੇ ਨਾਲ ਜੋ ਹੈ ਇਹ ਐਂਗਲ ਬਸ ਮੇਜ਼ਰ ਕਰਨ ਲਈ ਅਸੀਂ ਜੋ ਹੈ ਕੰਸੈਪਟ ਯੂਜ਼ ਕੀਤਾ। ਤਾਂ ਹੁਣ ਚਲੋ ਆਪਾਂ ਦੇਖਦੇ ਹਾਂ ਕਿ ਇਸ ਘੜੀ ਦੀ ਵਰਤੋਂ ਨਾਲ ਅਸੀਂ ਡਿਫਰੈਂਟ ਟਾਈਪਸ ਆਫ ਐਂਗਲਸ ਕਿਵੇਂ ਕਰ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਜੋ ਸਾਡਾ ਐਂਗਲ ਅਸੀਂ ਕਰਾਂਗੇ ਉਹ ਸਾਡਾ ਹੈ 0 ਐਂਗਲ। 0 ਐਂਗਲ ਮੀਨਸ ਜਦ ਸਾਡੀਆਂ ਦੋਨੋਂ ਸੂਈਆਂ, ਕਈ ਵਾਰ ਐਵੇਂ ਹੁੰਦਾ ਨਾ ਤੁਸੀਂ ਘੜੀ ਦੇਖਦੇ ਹੋ ਤਾਂ ਉਹਦੇ 'ਤੇ ਕਿਆ ਹੁੰਦਾ ਕਿ ਤੁਹਾਡੀਆਂ ਦੋਨੋਂ ਸੂਈਆਂ ਜੋ ਹੈ ਇੱਕ ਨੰਬਰ ਦੇ ਉੱਪਰ ਆ ਕੇ ਮਤਲਬ ਮਿਲਦੀਆਂ ਨੇ। ਅਤੇ ਜਦ ਇਹ ਦੋਨੋਂ ਇੱਕ ਨੰਬਰ 'ਤੇ ਆ ਕੇ ਮਿਲਦੀਆਂ ਤਾਂ ਅਸੀਂ ਕਿਆ ਕਹਿੰਦੇ ਹਾਂ ਉਹ ਸਾਡਾ ਕਿਹੜਾ ਐਂਗਲ ਹੈ? 0 ਐਂਗਲ। ਤਾਂ 0 ਐਂਗਲ ਦਾ ਮੈਜ਼ਰ ਹਮੇਸ਼ਾ ਕਿੰਨਾ ਹੁੰਦਾ? 0 ਡਿਗਰੀ। ਇਹ ਹਮੇਸ਼ਾ ਇੱਕ ਇਸ ਤਰੀਕੇ ਦੇ ਨਾਲ ਬਣਿਆ ਹੋਏਗਾ। ਅਤੇ ਇਹ ਸਾਡਾ ਕਿਆ ਹੈ? ਸਾਡਾ ਇਹਨੂੰ ਅਸੀਂ ਕਿਆ ਨਾਮ ਦਿੱਤਾ? 0 ਐਂਗਲ। ਇਹਦਾ ਮੇਜ਼ਰ ਹੈ 0 ਡਿਗਰੀ। ਨਾ ਉਹ ਜਦੋਂ ਸਾਡੀ ਘੜੀ ਦੀ ਸੂਈ ਮੰਨ ਲਓ ਕਿ ਇੱਕ ਤਾਂ ਇੱਥੇ ਹੀ ਹੈ, ਦੂਸਰੀ ਜੋ ਹੈ ਅਸੀਂ ਮੂਵ ਕਰਦੇ ਹਾਂ, ਠੀਕ ਹੈ ਜੀ। ਅਤੇ
ਤੇ ਇਹ ਕਿਆ ਹੈਗਾ ਦੇਖੋ ਇਹ ਮੂਵ ਕਰੂਗਾ ਜਦੋਂ ਇਹ ਮੂਵ ਕਰਦਾ ਗਿਆ ਕਰਦਾ ਗਿਆ ਤਾਂ ਇਹ ਡਿਫਰੈਂਟ ਡਿਫਰੈਂਟ ਜੋ ਹੈ ਤੁਹਾਡੇ ਮੈਜ਼ਰਮੈਂਟਸ ਇੱਥੇ ਆਈ ਜਾ ਰਹੇ ਹੈ ਤਾਂ ਤੁਸੀਂ ਯਾਦ ਰੱਖਣਾ ਹੈ ਕਿ 90 ਤੋਂ ਪਹਿਲਾਂ ਪਹਿਲਾਂ ਜਿੰਨੀ ਵੀ ਇਹ ਹੈਗਾ 0 ਤੋਂ ਵੱਧ ਲੇਕਿਨ 90 ਤੋਂ ਪਹਿਲਾਂ ਪਹਿਲਾਂ ਜਿੱਥੇ ਵੀ ਆਏਗਾ ਇਹ ਸਾਡਾ ਕਿਆ ਹੋਏਗਾ ਇਹ ਸਾਡਾ ਨੈਕਸਟ ਟਾਈਪ ਆਫ ਐਂਗਲ ਹੈ ਉਹ ਕਿਆ ਹੈ ਐਕਿਊਟ ਐਂਗਲ ਜਾਂ ਅਸੀਂ ਉਹਨੂੰ ਕਿਆ ਕਹਿੰਦੇ ਹਾਂ ਅਸੀਂ ਉਹਨੂੰ ਕਹਿੰਦੇ ਹਾਂ ਨਿਊਨ ਕੋਣ ਤਾਂ ਦੇਖੋ ਇਹ ਨਿਊਨ ਕੋਣ ਇਸ ਤਰੀਕੇ ਨਾਲ ਹੈਗਾ ਆਪਾਂ ਨੇ ਆਪਣੀ ਉਹਦੇ ਵਿੱਚ ਵੀ ਦੇਖਿਆ ਸੀਗਾ ਜੋ ਸਾਡੀਆਂ ਫਿਗਰ ਸੀਗੀਆਂ ਇਹ ਤਾਂ ਤੁਸੀਂ ਯਾਦ ਰੱਖਣਾ ਕਿ ਜਦੋਂ ਅਸੀਂ 0 ਤੋਂ ਅੱਗੇ ਨੂੰ ਚਾਹੀਦਾ ਮਤਲਬ 0 ਤੋਂ ਬਾਅਦ ਜਿਵੇਂ ਮੰਨ ਲਓ 0.1 ਵੀ ਜੇ ਤੁਹਾਡਾ ਕੋਣ ਹੈਗਾ ਤਾਂ ਵੀ ਉਹ ਕੀ ਰਿਪ੍ਰੈਜ਼ੈਂਟ ਕਰੇਗਾ ਤੁਹਾਡੇ ਐਕਿਊਟ ਐਂਗਲ ਤੇ ਅਸੀਂ 90 ਤੋਂ ਪਹਿਲਾਂ ਪਹਿਲਾਂ 89 89.5 ਜੋ ਵੀ ਤੁਹਾਡੇ ਐਂਗਲਸ ਹੈਗੇ 90 ਤੋਂ ਛੋਟੇ ਹੈ ਉਹ ਸਾਰੇ ਕਿਆ ਹੋਣਗੇ ਸਾਡੇ ਐਕਿਊਟ ਐਂਗਲਸ ਹੋਣਗੇ ਹੁਣ ਇਸੇ ਤਰੀਕੇ ਨਾਲ ਜੋ ਹੈ ਅਸੀਂ ਆਪਣਾ ਨੈਕਸਟ ਐਂਗਲ ਕਰਦੇ ਹਾਂ ਸਾਡਾ ਨੈਕਸਟ ਐਂਗਲ ਜੋ ਹੈ ਜੇ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਉਹ ਕਿਹੜਾ ਹੈਗਾ ਰਾਈਟ ਐਂਗਲ ਯਾਨੀ ਕਿ ਸਮਕੋਣ ਇਹ ਸਮਕੋਣ ਕਿਵੇਂ ਹੁੰਦਾ ਜਿਵੇਂ ਮੈਂ ਤੁਹਾਨੂੰ ਕਿਹਾ ਜਦੋਂ ਆਪਾਂ ਕਹਿੰਦੇ ਹਾਂ ਕਿ ਇੱਕ ਇਸ ਤਰੀਕੇ ਨਾਲ ਇਹ 90 ਡਿਗਰੀਸ 'ਤੇ ਆ ਗਿਆ ਮਤਲਬ ਜੇ ਅਸੀਂ ਕਹਿੰਦੇ ਹਾਂ ਕਿ ਆਪਾਂ ਟਾਈਮ ਦੱਸੀਏ ਮੰਮਾ ਨੂੰ ਕਿ ਮੰਮਾ ਕਿੰਨਾ ਟਾਈਮ ਹੋ ਗਿਆ ਇੱਥੇ 3:30 ਹੋ ਚੁੱਕੇ ਹੈ ਤਾਂ ਇਹ ਜਿਹੜਾ ਟਾਈਮ ਜਦੋਂ ਅਸੀਂ ਰਿਪ੍ਰੈਜੈਂਟ ਕਰਾਂਗੇ ਤਾਂ ਇਹ ਕਿਹੜੇ ਕਿੰਨੇ ਡਿਗਰੀ ਦਾ ਐਂਗਲ ਰਿਪ੍ਰੈਜੈਂਟ ਕਰਦਾ ਹੈ 90 ਡਿਗਰੀ ਦਾ ਔਰ ਇਹਦਾ ਮੈਜ਼ਰ ਹਮੇਸ਼ਾ ਕਿੰਨਾ ਹੁੰਦਾ 90 ਡਿਗਰੀਸ ਠੀਕ ਹੈ ਜੀ ਅਤੇ ਇਹਨੂੰ ਅਸੀਂ ਸਮਕੋਣ ਕਹਿੰਦੇ ਹਾਂ ਹੁਣ ਜੋ ਸਾਡਾ ਨੈਕਸਟ ਐਂਗਲ ਜੋ ਅਸੀਂ ਲੈਣਾ ਹੈ ਉਹ ਸਾਡਾ ਕਿਹੜਾ ਹੋਏਗਾ ਜਦੋਂ ਮੰਨ ਲਓ ਕਿ ਸਾਡੀ ਜਿਹੜੀ ਘੜੀ ਦੀ ਸੂਈ ਹੈ ਉਹ ਪਹਿਲਾਂ 6 ਤੇ ਸੀਗੀ ਸਮਕੋਣ ਬਣਾ ਰਹੀ ਸੀਗੀ ਅਤੇ ਹੁਣ ਉਹ ਤੋਂ ਬਾਅਦ ਉਹ ਮੂਵ ਕਰਨੀ ਸ਼ੁਰੂ ਹੋ ਗਈ ਕਿਵੇਂ ਜੇ ਮੰਨ ਲਓ 90 ਡਿਗਰੀ ਤੋਂ 90.5 ਐਵੇਂ ਮੂਵ ਕਰਦੀ ਗਈ ਅਤੇ ਕਿੱਥੇ ਤੱਕ ਮੂਵ ਕਰੂਗੀ ਇਹ ਕਿ 180 ਡਿਗਰੀ ਤੱਕ ਨਹੀਂ ਜਾਣੀ ਚਾਹੀਦੀ ਪੂਰੀ ਲੇਕਿਨ ਉਹ ਤੋਂ ਘੱਟ ਰਹਿਣੀ ਚਾਹੀਦੀ ਹੈ ਠੀਕ ਹੈ ਜੀ ਜਿਵੇਂ ਮੰਨ ਲਓ ਕਿ ਸਾਡਾ ਅਸੀਂ ਕਹਿਣਾ ਕਿ ਸਾਡੇ ਜੋ ਹੈ ਮਤਲਬ 4:15 ਹੋਣ ਲੱਗਿਆ ਘੜੀ 'ਤੇ ਲੇਕਿਨ 4:15 ਪੂਰੇ ਨਹੀਂ ਹੋਏ ਤਾਂ ਤੁਸੀਂ ਦੇਖੋਗੇ ਕਿ ਘੜੀ ਦੀ ਸੂਈ ਥੋੜ੍ਹੀ ਜਿਹੀ ਪਿੱਛੇ ਹੀ ਹੁੰਦੀ ਹੈ ਨਾ ਪੂਰੀ 9 ਦੇ ਉੱਪਰ ਨਹੀਂ ਆਈ ਹੁੰਦੀ ਤਾਂ ਜਦੋਂ ਜੀ ਘੜੀ ਦੀ ਸੂਈ ਜਿਹੜੀ ਹੈ 90 ਤੋਂ ਮਤਲਬ 91 ਤੋਂ ਲੈ ਕੇ ਕਹਿ ਸਕਦੇ 90 ਤੋਂ ਵੱਧ ਹੁੰਦੀ ਹੈ ਬਟ 180 ਤੋਂ ਘੱਟ ਹੁੰਦੀ ਹੈ ਤਾਂ ਅਸੀਂ ਉਸਨੂੰ ਕਿਹੜੇ ਤਰ੍ਹਾਂ ਦਾ ਕੋਣ ਲਿਖਦੇ ਹਾਂ ਅਸੀਂ ਉਹਨੂੰ ਅਧਿਕ ਕੋਣ ਲਿਖਦੇ ਹਾਂ ਤਾਂ ਬੱਚਿਓ ਤੁਸੀਂ ਇਸ ਤਰ੍ਹਾਂ ਇਹਦੇ ਵਿੱਚ ਕੋਣ ਬਣਾ ਕੇ ਦੇਖਣੀ ਆ ਆਪਾਂ ਇੱਥੇ ਲਿਖਣ ਲੱਗੇ ਹਾਂ ਹੁਣ ਸਾਰੇ ਕੋਣ ਜਿਵੇਂ ਕਿ ਅਧਿਕ ਕੋਣ ਕਿਹੜਾ ਹੋ ਗਿਆ ਆਪਣਾ ਆਪਣੇ ਪਾਸ ਇੱਕ ਬਿੰਦੂ ਹੈ ਤੋ ਆਪਾਂ ਨੇ ਇੱਕ ਪਹਿਲਾਂ ਸਿੱਧੀ ਰੇਖਾ ਬਣਾ ਕੇ ਕਿਰਨ ਬਣਾ ਕੇ ਹੁਣ ਇਹ ਆਪਾਂ ਨੇ ਸਿੱਧਾ ਕੋਣ ਸੀਗਾ ਸਰਲ ਸਮਕੋਣ ਆਪਾਂ ਉਸ ਤੋਂ ਜ਼ਿਆਦਾ ਬਣਾਉਣਾ ਹੈ ਇਸ ਨੂੰ ਤੁਸੀਂ ਕੋਈ ਵੀ ਨਾਮ ਦੇ ਦੇਣਾ ਮੈਂ ਇਸ ਨੂੰ ਨਾਮ ਦੇ ਦਿੰਦੀ ਹਾਂ ਓ ਇਸ ਨੂੰ ਪੀ ਇਸ ਨੂੰ ਕਿਊ ਤੋ ਹਮੇਸ਼ਾ ਅਧਿਕ ਕੋਣ ਕਿਆ ਹੁੰਦਾ ਹੈ 90 ਡਿਗਰੀ ਤੋਂ ਵੱਡਾ ਅਤੇ 180 ਡਿਗਰੀ ਤੋਂ ਛੋਟਾ ਉਸੇ ਤਰ੍ਹਾਂ ਸਰਲ ਕੋਣ ਕਿਆ ਹੁੰਦਾ ਜਦੋਂ ਆਪਣੇ ਕੋਲ ਦੋਨੋਂ ਘੜੀ ਦੀਆਂ ਸੂਈਆਂ ਇੱਕ ਸਿੱਧੀ ਰੇਖਾ ਵਿੱਚ ਆ ਜਾਣ ਇਸ ਤਰ੍ਹਾਂ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਿੱਧੀ ਰੇਖਾ ਵਿੱਚ ਆ ਜਾਣ ਸੂਈਆਂ ਤੋਂ ਕਿਆ ਹੋ ਗਿਆ ਆਪਣੇ ਕੋਲ ਸਰਲ ਕੋਣ ਕਿਆ ਹੁੰਦਾ ਹਮੇਸ਼ਾ 180 ਡਿਗਰੀ ਦਾ ਫਿਰ ਆਪਣੇ ਕੋਲ ਰਿਫਲੈਕਸ ਕੋਣ ਆ ਜਾਂਦਾ ਹੈ ਰਿਫਲੈਕਸ ਕੋਣ ਬਣਾ ਕੇ ਦਿਖਾਈਓ ਮੈਮ ਇਸ ਵਿੱਚ ਹਾਂਜੀ ਜਿਵੇਂ ਹੁਣ ਮੰਨ ਲਓ ਕਿ ਅਸੀਂ ਜੋ ਹੈ ਸਾਡੀ ਘੜੀ ਦੀ ਸੂਈ ਜੋ ਹੈ ਜਦੋਂ ਇੱਕ ਸਿੱਧੀ ਰੇਖਾ ਤੋਂ ਮਤਲਬ ਅੱਗੇ ਜਾਣ ਲੱਗ ਜਾਈਏ ਯਾਨੀ ਕਿ 180 ਤੋਂ ਵੱਧ ਹੋਣ ਲੱਗ ਜਾਏ ਸਾਡੇ ਕੋਣ ਦਾ ਮੈਜ਼ਰ ਜੋ ਹੈ ਤਾਂ ਉਹ ਕੀ ਬਣ ਜਾਂਦਾ ਸਾਡਾ ਰਿਫਲੈਕਸ ਐਂਗਲ ਬਣ ਜਾਂਦਾ ਦੇਖੋ ਹੁਣ ਜਿਵੇਂ ਡਿਫਰੈਂਟ ਡਿਫਰੈਂਟ ਰਿਫਲੈਕਸ ਐਂਗਲ ਤੁਸੀਂ ਇੱਥੇ ਦੇਖ ਸਕਦੇ ਹੋ ਤੇ ਹਮੇਸ਼ਾ ਯਾਦ ਰੱਖਣਾ ਕਿ ਕਿੱਥੇ ਤੱਕ ਜਾਊਗਾ ਇਹ 350 ਤੋਂ ਉੱਪਰ ਤੱਕ ਇਹ ਜਾਣਾ ਚਾਹੀਦਾ ਹੈ 350 ਤੋਂ ਉੱਪਰ ਤੱਕ ਮਤਲਬ 360 ਤੋਂ ਪਹਿਲਾਂ ਪਹਿਲਾਂ ਜਿੰਨੇ ਵੀ ਸਾਡੇ ਮੈਜ਼ਰਸ ਹੈ 181 ਤੋਂ ਲੈ ਕੇ ਆਪਾਂ ਕਹਿ ਸਕਦੇ ਕਿ ਜਿੰਨੇ ਵੀ ਸਾਡੇ 360 ਤੋਂ ਪਹਿਲਾਂ ਪਹਿਲਾਂ ਦੇ ਮੈਜ਼ਰ ਹੈ 180 ਤੋਂ ਵੱਡਾ ਤੇ 360 ਤੋਂ ਛੋਟਾ ਇਹ ਸਾਡਾ ਕਿਹੜਾ ਐਂਗਲ ਹੁੰਦਾ ਹੈ ਰਿਫਲੈਕਸ ਐਂਗਲ ਤੇ ਦੇਖੋ ਮੈਮ ਨੇ ਫਿਗਰ ਫਾਰਮ ਕਰਤੀ ਹੈ ਤੇ ਇਹ ਸਾਡਾ ਕਿਹੜਾ ਹੈ ਰਿਫਲੈਕਸ ਐਂਗਲ ਹੈ ਜਿਹੜਾ ਸਾਡਾ ਲਾਸਟ ਹੈ ਉਹ ਸਾਡਾ ਹੈ ਪੂਰਨ ਕੋਣ ਯਾਨੀ ਕਿ ਅਸੀਂ ਕਹਿੰਦੇ ਕਿ ਜਦੋਂ ਸਾਡੀ ਘੜੀ ਦੀ ਸੂਈਆਂ ਵਾਪਸ ਉਸੇ ਜਗ੍ਹਾ ਤੇ ਆ ਗਈਆਂ ਜਿੱਥੋਂ ਸ਼ੁਰੂ ਹੋਈਆਂ ਸੀ ਤਾਂ ਸਾਡਾ ਕਿਹੜਾ ਕੋਣ ਬਣਦਾ ਹੈ ਕੰਪਲੀਟ ਐਂਗਲ ਉਹਨੂੰ ਅਸੀਂ ਕਿਆ ਕਹਿੰਦੇ ਹਾਂ ਪੂਰਨ ਕੋਣ ਔਰ ਇਹਦਾ ਮੈਜ਼ਰ ਹੁੰਦਾ 360 ਡਿਗਰੀ ਤਾਂ ਇਸ ਤਰੀਕੇ ਨਾਲ ਦੇਖੋ ਇਹ ਘੜੀ ਦੀ ਸੂਈਆਂ ਨਾਲ ਤੁਸੀਂ ਜੋ ਹੈ ਆਪਣੀ ਡੇਲੀ ਲਾਈਫ ਦੇ ਵਿੱਚ ਜੋ ਹੈ ਉਹ ਕੋਣ ਦੇਖਦੇ ਹੋ ਹੁਣ ਤੁਸੀਂ ਟਾਈਮ ਦੇ ਨਾਲ ਨਾਲ ਇਹ ਵੀ ਦੇਖਣਾ ਕਿ ਕੋਣ ਕਿਆ ਹੁੰਦੇ ਹੁਣ ਜੋ ਹੈ ਨੈਕਸਟ ਆਪਾਂ ਜੋ ਹੈ ਕੋਣ ਆਪਾਂ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਜੋ ਅਸੀਂ ਕਰਾਂਗੇ ਸਿਖਰ ਸਨਮੁਖ ਕੋਣ ਸਿਖਰ ਸਨਮੁਖ ਕੋਣ ਤੁਸੀਂ ਪ੍ਰੈਜੈਂਟੇਸ਼ਨ ਦੇ ਵਿੱਚ ਦੇਖਿਆ ਸੀ ਕੀ ਹੁੰਦੇ ਆ ਜਦੋਂ ਦੋ ਰੇਖਾਖੰਡ ਜਾਂ ਰੇਖਾਵਾਂ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਕੱਟਦੀਆਂ ਹਨ ਤੇ ਅਸੀਂ ਦੱਸਿਆ ਸੀਗਾ ਕਿ ਜੋ ਕੋਣ ਹੈ ਉਹ ਵਰਟੀਕਲੀ ਓਪੋਜ਼ਿਟ ਐਂਗਲਸ ਜੋ ਹੈ ਫਾਰਮ ਕਰਦੇ ਆ ਇਹ ਇਹਨਾਂ ਦੀ ਵਰਟੈਕਸ ਹੈ ਜੋ ਇਹ ਬਿੰਦੂ ਹੈ ਤੁਸੀਂ ਬੱਚਿਓ ਇਹਨਾਂ ਨੂੰ ਫੈਵੀਕੋਲ ਦੇ ਨਾਲ ਜੋੜ ਲੈਣਾ ਆਪਸ ਵਿੱਚ ਤਾਂ ਹਾਲੇ ਫੈਵੀਕੋਲ ਸੁੱਕੇਗੀ ਨਹੀਂ ਅਸੀਂ ਇਸ ਨੂੰ ਇਸੇ ਤਰ੍ਹਾਂ ਰੱਖ ਕੇ ਤੁਹਾਨੂੰ ਪਰਫਾਰਮ ਕਰਕੇ ਦਿਖਾਉਂਦੇ ਹਾਂ ਤਾਂ ਜੇਕਰ ਮੈਂ ਇਹਨਾਂ ਦੋਨੋਂ ਰੇਖਾਖੰਡਾਂ ਨੂੰ ਨਾਮ ਦਊਂਗੀ ਤਾਂ ਆਪਣੇ ਕੋਲ ਆ ਜਾਏਗਾ ਏ ਬੀ
इस नूं मैं नाम देता सी अते डी। तो इस तरह अपने कोल इत्थे चार कोण बन गए हन। ये अपने कोल कोण आ गया कोण एक, कोण दो, कोण तीन ते कोण चार। हुण देखो इनू जो है असी क्या कि असी प्रेजेंटेशन दे विच दस्या सीगा कि ये वर्टिकली ओपोजिट एंगल्स क्या होंदे है, इक्वल होंदे है। तो फिर वो इक्वल जो होंगे तो हूँ मैम ने जो है उन्होंने तुहानू करके दिखाएंगे इक्वल किवें होंगे। जिवें देखो उन्होंने क्या ले लिया, एक ट्रांसपेरेंसी ले लिया है ना। हूँ ये ट्रांसपेरेंसी यानी कि ट्रांसपेरेंट पेपर तो तुहाडे घर दे विच जिहड़ा भी होएगा ते उहदे विच जो है वह तुसीं मार्कर जिवें आ मैम यूज कर रहे हैं तो इहदे विच जो है ये इस तरीके नाल जो है एंगल्स बन गए। तो जदों असीं इसनूं दूसरे पासे भी रख के देखांगे इस एंगल नूं तो भी जो है इहदा मेजर जो है वह क्या होएगा इक्वल होएगा। देखो हुण मैम रख के देखणगे इधर तो इहदे नाल जो है यह भी एंगल सेम उहदी मेजर देखो सेम आ रहा है तो यानी कि साडे वर्टिकली ओपोजिट एंगल्स क्या होंगे इक्वल होंगे। नाउ साडा जो है एंगल वन इज इक्वल टू एंगल थ्री जो है इत्थे आ चुके हैं तो इसी तरीके नाल एंगल टू जो है वह एंगल फोर दे इक्वल आ जाएगा। जो नेक्स्ट साडे हैगे आ ओह साडा रेखी जोड़ा कोण। ये रेखी जोड़ा कोण लई तुसीं क्या करना है, रेखी जोड़ा कोण लई तुसीं एक रेखा लेनी है। तो मैम ने जिवें दस्या सीगा कि रेखी जोड़ा कोण लई तुसीं एक लाइन इत्थे तुसीं पेस्ट कर देनी है तो उस तों बाद जो है इस तरीके नाल एक होर रेखा खंड जो है जे बनाएगी जिवें मर्जी एंगल्स बनाए सारे हमेशा साडे क्या बन गए रेखी जोड़ा कोण। और इन्हां दा मेजर तुसीं जो है डी दे नाल माप सकदे हो। तो डी दे नाल देखो तुसीं मापोंगे तो देखोगे तुसीं एक सीधी रेखा के उपर कोण बन रहा है। जे इधर मेरा 40 डिग्री है तो दूसरे पास जो है मेरा 140 डिग्री और इन्हों का मेजर हमेशा किन्ना है 180 डिग्रीज। तो एक याद रखना है तुसीं कि जदों भी असी रेखी जोड़ा कोण फॉर्म करते हैं तो हमेशा इन्हों का मेजर किन्ना होंदा है 180 डिग्रीज। तो तुसीं इस तरीके नाल जो अपनी स्टिक्स यूज करके घरां दे विच तुहाडे कोल तिल्लियां होंदियां धागे इन्हां सारी चीज़ों के यूज करके तुसीं डिफरेंट टाइप ऑफ एंगल्स फॉर्म कर सकते ते तुसी जो है एक अपने घर एक्टिविटी जो है अपने टीचर्स नू करके दिखानी है। तो बच्चियो इस तरह तुसी ये एक्टिविटीज अपने घर करनी है। तुसी अपने जो भी थोनू वेस्ट मटीरियल मिलता है तुसी उन्हां नू लैके इस नू अच्छी तरह चिपका के करनी है। असी इत्थे फेविकोल नाल नहीं चिपकाया सी क्योंकि सुकन नू थोड़ा टाइम लगता है। तो जो थोनू घड़ी बनाई दसी सी तुसी उसनू बना के देखना ते उसदी सुइयां नू तुसी चाहे ट्रांसपेरेंस कागज़ कट के लगा लो चाहे स्टिक्स लगा लो चाहे धागे का यूज़ कर लो कुछ भी करके तुसी उसनू करके ते उसदी फोटोज खिंच के बना के अपने टीचर्स नू दिखानी है। ते इसनू पूरे हफ्ता थोड़े कोल है, अगले हफ्ते नू असी थोड़े लई कोई नवी एक्टिविटी लैके आवांगे। तुसी इसनू करके देखना है अते इसदे कॉन्सेप्ट नू समझना है। तो जो डिफरेंट टाइप्स ऑफ एंगल्स असी किते हैं हुण तुसी अपनी रियल लाइफ दे विच देखोगे कि तुसी जे जिहड़ी भी चीज़ देखदे हो तुहानू उहदे विच एंगल्स ही तुहानू नज़र आणगे कि हाँ जी असी जो है एंगल्स नू किन्नी मतलब इंपोर्टेंस है साडी लाइफ दे विच। ते इस तरीके नाल जो असी स्टार्टिंग दे विच इक किता सीगा ना इह लैके साडे कोल स्टेपलर ते इहदे विच बेटे लागवें कोणां दी भी एग्जाम्पल है। तो इस तरीके नाल जो है तुसी एम्पल एग्जाम्पल्स जो है अपने आस पास तो देख सकते हो। एंड वी होप कि तुसी जो है इस कंसैप्ट नू अच्छी तरह कर लिया ते तुसी अपने टीचर्स नू एक्टिविटीज़ बना के जरूर भेजोगे। थैंक यू।